ਅੱਜ ਦੀ ਪ੍ਰੈਸ ਕਾਨਫਰੰਸ ਸਪੈਸ਼ਲ ਖਾਸ ਤੌਰ ਦੇ ਉੱਤੇ ਜਿਹੜੀ ਰੱਖੀ ਗਈ, ਕਿਉਂਕਿ ਸਵੇਰ ਤੋਂ ਹੀ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਰਾਹੀਂ ਮੈਂ ਸਮਝਦਾ ਕਿ ਦਿੱਲੀ ਦੀ ਕੀ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਬੜੀ ਖੋਜੀ ਸਾਜਿਸ਼ ਚੱਲੀ ਜਾ ਰਹੀ ਹੈ, ਔਰ ਆਪਣੇ ਬਿਆਨਾਂ ਰਾਹੀਂ ਵੀ ਸਰਦਾਰ ਮਨਜੀਤ ਸਿੰਘ ਜੀ ਕੇ ਜਿਹੜੇ ਕਲੀਅਰ ਵੀ ਕਰ ਚੁੱਕੇ ਨੇ ਆਪਣਾ ਸਟੈਂਡ, ਔਰ ਗੱਲ ਗੱਲ ਦੇ ਉੱਤੇ ਦੂਜੀਆਂ ਪਾਰਟੀਆਂ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਨੇ ਔਰ ਗੱਲ ਕੀਤੀ ਜਾ ਰਹੀ ਹੈ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਪਾਰਟੀ ਪਦ ਤੋਂ ਉੱਤੇ ਅਸਤੀਫਾ ਦੇ ਦਿੱਤਾ। ਮੈਂ ਸਾਰਿਆਂ ਨੂੰ ਜਾਣੂ ਕਰਾਉਣ ਵਾਸਤੇ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਿਆ ਕਿ ਇਹ ਜਿਹੜੀ ਔਰਡਰਸ ਕੱਢੇ ਗਏ, ਇਹ 5 ਤਰੀਕ ਨੂੰ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਜਿਸ ਵਕਤ ਔਰਡਰ ਕੱਢੇ, ਕਿਉਂਕਿ ਉਹਨਾਂ ਦਾ ਇਸ ਮਹੀਨੇ ਦੇ ਵਿੱਚ ਪੂਰਾ ਉਹਨਾਂ ਦਾ ਬਾਹਰ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਉਹਨਾਂ ਨੇ 2 ਦਿਨ ਪਹਿਲੇ ਹੁਣੇ ਹਿਮਾਚਲ 'ਚ ਹੋ ਕੇ ਆਏ, ਫਿਰ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਹੈ, ਫਿਰ ਪਟਨਾ ਸਾਹਿਬ ਜਾਣ ਦਾ ਪ੍ਰੋਗਰਾਮ ਹੈ, ਅਤੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਸ਼ਾਦੀ ਹੋਣ ਕਰਕੇ ਉਹਨਾਂ ਨੇ ਸ਼੍ਰੀਲੰਕਾ ਦਾ ਪ੍ਰੋਗਰਾਮ ਰੱਖਿਆ। ਇਨ ਐਂਡ ਆਊਟ ਦਾ ਪ੍ਰੋਗਰਾਮ ਉਹਨਾਂ ਦਾ ਪੂਰਾ 1 ਮਹੀਨਾ ਚੱਲਣਾ ਸੀ, ਇਸ ਕਰਕੇ ਇਹ ਜਿਹੜੀਆਂ ਪਾਵਰਸ ਉਹਨਾਂ ਨੇ ਦਿੱਤੀਆਂ ਗਈਆਂ। ਜਿਹੜੀ ਪ੍ਰਥਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿ ਜਿਸ ਵਕਤ ਪ੍ਰਧਾਨ ਦਿੱਲੀ 'ਚ ਨਹੀਂ ਹੁੰਦਾ, ਸੀਨੀਅਰ ਮੀਤ ਪ੍ਰਧਾਨ ਉਹਨੂੰ ਆਫੀਸ਼ੀਏਟ ਕਰਦਾ ਹੈ, ਔਰ ਉਸ ਦੇ ਰਾਹੀਂ ਇਹ ਕੀਤਾ ਗਿਆ। ਔਰ ਇਹ ਜਿਹੜਾ ਔਰਡਰ ਕੱਢਿਆ ਗਿਆ ਇਹਦੇ ਵਿੱਚ ਵੀ ਸਾਫ਼ ਉਹਨਾਂ ਨੇ ਲਿਖਿਆ ਔਰ ਕਿ ਇਹ ਜਿਹੜੀਆਂ ਮੈਂ ਆਪਣੀਆਂ ਪਾਵਰਸ ਡੈਲੀਗੇਟ ਕਰ ਰਿਹਾ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ। ਇਹ ਮੈਂ ਸਮਝਦਾ ਵਾਂ ਕਿ ਪਿਛਲੇ 1.5 ਸਾਲਾਂ ਤੋਂ ਜੇ ਪ੍ਰਧਾਨ ਸਾਹਿਬ 5 ਵਾਰ ਵੀ ਅਗਰ ਬਾਹਰ ਗਏ ਨੇ ਤਾਂ 5 ਵਾਰ ਸੇਮ ਔਰਡਰ ਇਹ ਕੱਢੇ ਗਏ ਔਰ ਸੇਮ ਲੈਂਗੁਏਜ ਲਿਖੀ ਗਈ, ਉਹਦੇ ਵਿੱਚ ਕੋਈ ਫਰਕ ਨਹੀਂ ਹੈ ਲੈਂਗੁਏਜ ਦੇ ਵਿੱਚ ਵੀ। ਇਹ ਸਾਰੇ ਔਰਡਰ ਤੁਸੀਂ ਦੇਖ ਸਕਦੇ ਹੋ ਕਿ ਪਿਛਲੀ ਅਗਰ ਅਸੀਂ ਇਹ ਦੇਖੀਏ 14/8/2017 ਤੋਂ ਲੈ ਕੇ ਅੱਜ ਤੱਕ ਦੇ 5 ਵਾਰ ਇਹ ਔਰਡਰ ਕੱਢੇ ਗਏ ਨੇ ਔਰ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੈ। ਇਹਦੇ ਵਿੱਚ ਆਪਣੀ ਪਾਵਰ ਦਾ ਐਗਜੀਕਿਊਟ ਕਰਕੇ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਪਾਰਟੀ ਪਦ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ, ਮਗਰ ਬੜੀ ਤਰੀਕੇ ਦੇ ਨਾਲ ਇਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਉਹਨੂੰ ਪੰਜਾਬ ਦੇ ਇਸ਼ੂਜ਼ ਦੇ ਨਾਲ ਜੋੜਿਆ ਜਾ ਰਿਹਾ। ਮੈਂ ਸਮਝਦਾ ਵਾਂ ਕਿ ਸੰਗਤਾਂ ਨੂੰ ਅਸੀਂ ਕਲੈਰਿਟੀ ਕਰਨ ਵਾਸਤੇ ਇੱਥੇ ਬੈਠੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਸਾਰੇ ਮੈਂਬਰ ਸਾਹਿਬਾਨ ਇੱਥੇ ਬੈਠੇ ਨੇ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਜਿਹੜੇ ਅੱਜ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਕਰਦੇ ਨੇ, ਉਹਨਾਂ ਨੇ ਵੀ ਆਪਣਾ ਸਪਸ਼ਟ ਕੀਤਾ ਆਪਣਾ ਰੋਲ ਔਰ ਇਹ ਕਮੇਟੀ ਸਾਰੀ ਮਿਲ ਕੇ ਸਰਦਾਰ ਮਨਜੀਤ ਸਿੰਘ ਜੀ ਕੇ ਨਾਲ ਖੜੀ ਹੈ ਔਰ ਉਹਨਾਂ ਨਾਲ ਉਹਨਾਂ ਦੇ ਹਰ ਫੈਸਲੇ ਦੇ ਨਾਲ ਉਹਨਾਂ ਦੇ ਨਾਲ ਖੜੀ ਹੈ। ਅੱਜ ਇਹ ਕਲੈਰਿਟੀ ਅਸੀਂ ਤੁਹਾਨੂੰ ਕਰਨ ਵਾਸਤੇ ਇੱਥੇ ਖੜੇ ਇਕੱਠੇ ਹੋਏ ਹਾਂ। ਮੈਂ ਸਮਝਦਾ ਵਾਂ ਕਿ ਸੰਗਤਾਂ ਨੂੰ ਇਹ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ ਸੰਗਤਾਂ ਦੇ ਵਿੱਚ ਕਿ ਇਹ ਕਿਸ ਤਰੀਕੇ ਦੇ, ਮੈਂ ਕਹਿ ਸਕਦਾ ਵਾਂ ਕਿ ਗੁੰਮਰਾਹ ਕਰਨ ਵਾਲੀਆਂ ਕੋਝੀਆਂ ਨੀਤੀਆਂ ਜਿਹੜੀਆਂ ਅੱਜ ਸਵੇਰੇ ਸੋਸ਼ਲ ਮੀਡੀਆ ਦੇ ਰਾਹੀਂ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਗੁਰਮੀਤ ਸਿੰਘ ਸ਼ੰਟੀ ਜਾਂ ਹੋਰ ਜਿਹੜੇ ਵਿਦਰੋਹੀ ਪਾਰਟੀਆਂ ਜਿਹੜੀਆਂ ਕਰ ਰਹੀਆਂ ਨੇ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਇਸ ਪਾਰਟੀ ਪਦ ਤੋਂ ਅਸਤੀਫਾ ਦੇ ਦਿੱਤਾ। ਇੱਕ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਦੇਖਣ ਵਿੱਚ ਮਿਲਿਆ ਕਿ ਕਿਹਾ ਜਾ ਰਿਹਾ ਕਿ ਮਨਜੀਤ ਸਿੰਘ ਨੇ ਅਗਰ ਅਸਤੀਫਾ ਦੇਣਾ ਸੀ ਤਾਂ ਉਹ ਪਾਰਟੀ ਦੇ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ। ਕੋਈ ਐਸੀ ਗੱਲ ਉਹਨਾਂ ਨੇ ਨਾ ਕੀਤੀ ਹੈ, ਸਿਰਫ ਕਿਉਂਕਿ ਉਹਨਾਂ ਦੇ ਇਹ ਔਰਡਰ ਕੱਢਣ ਤੋਂ ਬਾਅਦ, ਕਿਉਂਕਿ ਉਹ 2 ਦਿਨ ਦਾ ਹਿਮਾਚਲ ਟੂਰ ਕਰਕੇ ਆਏ, 1 ਦਿਨ ਵਸੇ ਉਹ ਦਿੱਲੀ ਦੇ ਵਿੱਚ ਸੀ, ਅਤੇ ਇਸ ਗੱਲ ਨੂੰ ਮਿਸਇੰਟਰਪ੍ਰੀਟ ਕੀਤਾ ਜਾ ਰਿਹਾ। ਸੰਗਤਾਂ ਨੂੰ ਇਹ ਅਸੀਂ ਕਲੈਰਿਟੀ ਦੇਣ ਵਾਸਤੇ ਅਸੀਂ ਅੱਜ ਇਹ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠਾ ਕੀਤਾ। ਮੈਂ ਬੇਨਤੀ ਕਰਾਂਗਾ ਤੁਹਾਡੀ ਮੀਡੀਆ ਦੇ ਰਾਹੀਂ ਕਿ ਸੰਗਤਾਂ ਤੱਕ ਇਸ ਗੱਲ ਨੂੰ ਪਹੁੰਚਾਇਆ ਜਾਏ ਔਰ ਇਸ ਗੱਲ ਦੀ ਗੱਲ ਰੱਖੀ ਜਾਏ ਕਿ ਬਈ ਇਸ ਗੱਲ ਦਾ ਇਹੋ ਜਿਹਾ ਕੋਈ ਸਟੈਪ ਦਿੱਲੀ ਕਮੇਟੀ ਵੱਲੋਂ ਨਹੀਂ ਚੁੱਕਿਆ ਗਿਆ। ਸਰਦਾਰ ਮਨਜੀਤ ਸਿੰਘ ਜੀ ਕੇ ਅੱਜ ਵੀ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਔਰ ਅੱਗੇ ਵੀ ਉਹਨਾਂ ਨੇ ਹੀ ਇਸ ਗੱਲ ਦੀ ਪ੍ਰਧਾਨਗੀ ਚਲਾਉਣੀ ਹੈ। ਮੈਂ ਸਮਝਦਾ ਕਿ ਪਿਛਲੇ ਸਵੇਰ ਤੋਂ ਅਗਰ ਅਸੀਂ ਦੇਖੀਏ ਸੋਸ਼ਲ ਮੀਡੀਆ ਦੇ ਰਾਹੀਂ
ਕਈ ਮਸਲੇ ਇਹੋ ਜਿਹੇ ਉਠਾਏ ਜਾ ਰਹੇ ਨੇ ਜਿੱਦਾਂ ਬੇਬੁਨਿਆਦੀ ਜਿਹਨੂੰ ਮਸਲੇ ਅਸੀਂ ਕਹਿ ਸਕਦੇ ਹਾਂ ਕਿ ਜੋ ਕਾਰਜਕਾਰੀ ਜੋ ਕਾਰਜਸ਼ਾਲੀ ਪਿਛਲੇ 5 ਸਾਲਾਂ ਤੋਂ ਚੱਲਦੀ ਪਈ ਹੈ ਉਹਦੇ ਉੱਤੇ ਵੀ ਸਾਡੇ ਉੱਤੇ ਕਿੰਤੂ ਪਰੰਤੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਔਰ ਇਸ ਮੌਕੇ ਦੇ ਉੱਤੇ ਜਿਸ ਵਕਤ ਪੰਥ ਦੇ ਵਿੱਚ ਪੀੜਾ ਪਈ ਹੋਏ, ਮੈਂ ਸਮਝਦਾ ਕਿ ਐਸੇ ਵਿਵਾਦਾਂ ਦੇ ਵਿੱਚ ਗੁੰਮਰਾਹ ਕਰਨਾ ਇਹ ਬਹੁਤ ਹੀ ਕੋਝੀ ਸਾਜਿਸ਼ ਹੈ। ਔਰ ਮੈਂ ਤੁਹਾਡੇ ਮੀਡੀਆ ਰਾਹੀਂ ਵੀ ਉਹਨਾਂ ਨੂੰ ਸੁਚੇਤ ਕਰਾਂਗਾ ਕਿ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਮਗਰ ਅੱਜ ਸਮੁੱਚਾ ਪੰਥ ਦਿੱਲੀ ਦੀ ਸੰਗਤ ਨੇ ਜੋ ਆਸ਼ੀਰਵਾਦ ਸਰਦਾਰ ਮਨਜੀਤ ਸਿੰਘ ਜੀ ਕੇ ਦੀ ਟੀਮ ਨੂੰ ਦਿੱਤਾ, ਅੱਜ ਵੀ ਸੰਗਤਾਂ ਸਾਡੇ ਨਾਲ ਖੜੀਆਂ ਨੇ। ਔਰ ਉਹਦੇ ਲਈ ਅਗਰ ਜਿਹੜੀ ਵੀ ਤੁਸੀਂ ਗੱਲ ਸੋਸ਼ਲ ਮੀਡੀਆ 'ਤੇ ਕਰ ਰਹੇ ਹੋ, ਉਸ ਦਾ ਅੱਛਾ ਹੈ ਕਿ ਉਹ ਗੱਲ ਸਾਡੇ ਨਾਲ ਆ ਕੇ ਤੁਸੀਂ ਡਾਇਰੈਕਟਲੀ ਕਰੋ, ਕਿਉਂਕਿ ਕੁਛ ਚਿਰਾਂ ਪਹਿਲੇ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਰਾਹੀਂ ਗੱਲ ਕੀਤੀ ਸੀ ਕਿ ਮੈਂ 5 ਮੈਂਬਰਾਂ ਦੀ ਟੀਮ ਬਣਾਉਣਾ ਚਾਹੁੰਦਾ ਵਾਂ ਜਿਹੜੀ ਆ ਕੇ ਇੱਥੇ ਦੇ ਕੰਮ ਨੂੰ ਦੇਖ ਸਕੇ। ਔਰ ਅਸੀਂ ਉਹਦਾ ਵੈਲਕਮ ਕੀਤਾ ਸੀ, ਮਗਰ ਉਹਨੂੰ ਬਿਲਕੁਲ ਨਕਾਰਤਾ ਗਿਆ, ਦੁਬਾਰਾ ਨਹੀਂ ਕੀਤੀ ਗਈ। ਅਸੀਂ ਅੱਜ ਵੀ ਇਹ ਤੁਹਾਡੇ ਰਾਹੀਂ ਇਸ ਗੱਲ ਨੂੰ ਪਹੁੰਚਾਵਾਂਗੇ ਕਿ ਜਿੰਨੇ ਵੀ ਆ ਕੇ ਦਿੱਲੀ ਕਮੇਟੀ ਦੇ ਕੋਈ ਖਾਤਿਆਂ ਦੇ ਉੱਤੇ ਜਾਂ ਉਹਦੀ ਵਰਕਿੰਗ ਦੇ ਉੱਤੇ ਕਿੰਤੂ ਪਰੰਤੂ ਹੈ, ਅਸੀਂ ਉਹਦੇ ਹਮੇਸ਼ਾ ਜਵਾਬਦਾਰੀ ਹੈ ਸੰਗਤ ਨੂੰ ਔਰ ਗੁਰੂ ਮਹਾਰਾਜ ਨੂੰ। ਮੈਂ ਬਿਲਕੁਲ ਆਪਕੀ ਬਾਤ ਸੇ ਸਹਿਮਤ ਹੂੰ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਉੱਪਰ ਆਰੋਪ ਵਾਲੀ ਜੋ ਬਾਤ ਆਪ ਬਾਤ ਕਰ ਰਹੇ, ਕੋਈ ਐਸਾ ਆਰੋਪ ਨਹੀਂ ਲਗਾ। ਜੋ ਕਲੈਰੀਫਿਕੇਸ਼ਨ ਦੇਣੀ ਸੀ ਉਹਨੇ ਸਵੇਰੇ ਆਪਣੇ ਘਰ ਸੇ ਮੀਡੀਆ ਕੇ ਰਾਹੀਂ ਆਗੇ ਦੀ ਹੈ ਕਿ ਮੈਨੇ ਕੋਈ ਪਾਰਟੀ ਪ੍ਰੈਜ਼ੀਡੈਂਟਸ਼ਿਪ ਸੇ ਕੋਈ ਅਸਤੀਫਾ ਨਹੀਂ ਦਿਆ, ਮਗਰ ਉਸਕੇ ਬਾਅਦ ਵੀ ਸੋਸ਼ਲ ਮੀਡੀਆ ਕੇ ਉੱਪਰ ਇਹ ਬਾਤੇਂ ਕੀ ਜਾ ਰਹੀ ਹੈ। ਔਰ ਜੋ ਆਪ ਬਾਤ ਕਰ ਰਹੇ ਹੈ ਕਿ ਇਸਕੀ ਜਵਾਬਦਾਰੀ ਕੋਈ ਬਿਲੋਂ ਕੋ ਲੈ ਕੇ ਜਾਂ ਕਿਸੀ ਪਰਫਾਰਮੈਂਸ ਕੋ ਲੈ ਕੇ, ਤੋ ਖਾਲੀ ਮਨਜੀਤ ਸਿੰਘ ਜੀ ਕੇ ਨਹੀਂ, ਉਸਕੇ ਸਾਥ ਸਰਦਾਰ ਮਨਜਿੰਦਰ ਸਿੰਘ ਸਿਰਸਾ, ਜਨਰਲ ਸੈਕਟਰੀ ਸਰਦਾਰ ਹਰਮੀਤ ਸਿੰਘ ਕਾਲਕਾ, ਮੈਂ ਖੁਦ ਸਰਦਾਰ ਅਮਰਜੀਤ ਸਿੰਘ ਪੱਪੂ, ਹਮ ਸਾਰੇ ਸੰਗਤ ਕੋ ਜਵਾਬਦਾਰੀ ਹੈ, ਖਾਲੀ ਅਕੇਲੇ ਮਨਜੀਤ ਸਿੰਘ ਜੀ ਨਹੀਂ ਹੈ, ਔਰ ਪੂਰੀ ਕਮੇਟੀ ਅੱਜ ਖੜੀ ਹੈ। ਅਗਰ ਕੋਈ ਐਸੇ ਸਵਾਲ ਉਹਨਾਂ ਕੇ ਪਾਸ ਹੈ ਜਿਨਕਾ ਉਨਕੋ ਜਵਾਬ ਪ੍ਰੋਪਰ ਕਲੈਰਿਟੀ ਸੇ ਨਹੀਂ ਮਿਲ ਰਹਾ, ਤੋ ਹਮਾਰੇ ਪਾਸ ਆ ਕੇ ਬਾਤ ਕਰ ਸਕਤੇ ਹੈ ਜਾਂ ਉਸਕੇ ਉੱਪਰ ਆਰ ਟੀ ਆਈ ਲਗਾ ਸਕਤੇ ਹੈ। ਆਰ ਟੀ ਆਈ ਕਾ ਜੋ ਹਮਨੇ ਇਹ ਪਾਰਦਰਸ਼ੀ ਕਾ ਜੋ ਸਿਸਟਮ ਸ਼ੁਰੂ ਕੀਆ ਥਾ, ਇਤਨੀ ਬੜੀ ਜਦੋ ਜਹਿਦ ਕਰਨੇ ਕੇ ਬਾਅਦ ਅਗਰ ਗੁਰਦੁਆਰਾ ਕਮੇਟੀ ਮੇਂ ਆਰ ਟੀ ਆਈ ਲਗਾਈ, ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀ ਥੀ, ਔਰ ਇਸੀ ਲਈ ਕੀ ਥੀ ਕਿ ਅਗਰ ਸੰਗਤ ਮੇਂ ਸੇ ਕਿਸੀ ਕੋ ਇਸਕਾ ਕਿਸੀ ਵੀ ਸਵਾਲ ਕਾ ਜਵਾਬ ਚਾਹੀਏ ਤੋ ਆਰ ਟੀ ਆਈ ਕੇ ਮਾਧਿਅਮ ਸੇ ਲਗਾ ਸਕਤਾ ਹੈ। ਅਗਰ ਉਸਕੇ ਇਲਾਵਾ ਵੀ ਕਿਸੀ ਕੋ ਔਰ ਕਰਨਾ, ਹਮ ਆਪਣੇ ਬਿਲਕੁਲ ਖੁੱਲ੍ਹੇ ਦਿਲੋਂ ਸੇ ਉਨਕਾ ਸਵਾਗਤ ਕਰੇਂਗੇ ਔਰ ਹਮਸੇ ਆ ਕੇ ਕੁਸ਼ਚਨ ਪੂਛ ਸਕਤੇ ਹੈ। ਇਹ ਸੇਲ ਟੈਕਸ ਕੇ ਨੰਬਰ ਕੇ ਬਿਨਾ ਕੇ ਬਿਲੋਂ ਕੇ ਬਾਅਦ ਇਹ ਸਿਰਫ ਸੋਸ਼ਲ ਮੀਡੀਆ ਪੇ ਬਾਤ ਕਰਨੀ, ਅਗਰ ਉਨਕੇ ਪਾਸ ਕੋਈ ਅਥੋਰਟੀਕੇਟਿਡ ਪ੍ਰੂਫ ਹੈ ਵੋ ਹਮਾਰੇ ਪਾਸ ਲੈ ਕੇ ਆਏ, ਹਮ ਉਨਕੋ ਬਿਲਕੁਲ ਉਸਕਾ ਸਪਸ਼ਟੀਕਰਨ ਕਰੇਂਗੇ, ਕਿਉਂਕਿ ਹਮਾਰੀ ਜਵਾਬਦਾਰੀ ਬਿਲਕੁਲ ਸੰਗਤ ਕੇ ਸਾਥ ਹੈ। ਔਰ ਵੋ ਜਿਸ ਦਿਨ ਹਮਾਰੇ ਸਾਥ ਆਪਣੀ ਟੀਮ ਕੋ ਭੇਜੇਂਗੇ, ਹਮ ਆਪਕੇ ਮੀਡੀਆ ਕੋ ਵਹਾਂ ਪਰ ਬੁਲਾ ਕੇ ਉਨਕੇ ਸਾਹਮਣੇ ਇਸ ਬਾਤੋਂ ਕਾ ਖੁਲਾਸਾ ਕਰੇਂਗੇ।